ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਵਿਚਾਰ ਬੰਦਰਾ ਅੱਜ ਕਰ ਰਹੇ ਹਾਂ ਅਸੀਂ ਪੰਜਾਬ ਦੇ ਫਿਊਚਰ ਨੂੰ ਲੈ ਕੇ ਔਰ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਾਰੇ। ਬ੍ਰੇਕ ਜਾਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਹੋਂਦ ਦੇ ਵਿੱਚ ਆਈ ਸੀਗੀ ਇਸ ਕਰਕੇ ਕਿ ਕਰਪਸ਼ਨ ਨੂੰ ਹਟਾਏਗੀ, ਜਿਹੜਾ ਨਵਾਂ ਭਵਿੱਖ ਹੈ ਉਹ ਭਾਰਤ ਦਾ ਵਧੀਆ ਹੋਏਗਾ, ਪੰਜਾਬ ਦਾ ਵਧੀਆ ਹੋਏਗਾ, ਪੰਜਾਬ ਦੇ ਵਿੱਚ ਵੀ ਪੰਜਾਬੀਆਂ ਨੇ ਕਾਫੀ ਪਿਆਰ ਦਿੱਤਾ। ਲੇਕਿਨ ਹੁਣ ਜਿਹੜੇ ਡਿਸੀਜਨਸ ਇਹਨਾਂ ਵੱਲੋਂ ਲਿੱਤੇ ਜਾ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਔਰ ਮੁਲਕ ਦੇ ਪ੍ਰਧਾਨ ਮੰਤਰੀ ਵੱਲੋਂ ਜਾਂ ਫਿਰ ਬੀਜੇਪੀ ਦੇ ਸੀਨੀਅਰ ਲੀਡਰਸ ਵੱਲੋਂ, ਕੀ ਇਹ ਡਿਕਟੇਟਰਸ਼ਿਪ ਭਾਰਤ ਦੇ ਲਈ ਹਾਨੀਕਾਰਕ ਹੈ? ਕੀ ਇਹ ਡਿਕਟੇਟਰਸ਼ਿਪ ਅਰਵਿੰਦ ਕੇਜਰੀਵਾਲ ਦੀ, ਆਮ ਆਦਮੀ ਪਾਰਟੀ ਦੀ ਪੰਜਾਬ ਦੇ ਲਈ ਹਾਨੀਕਾਰਕ ਹੈ? ਇਹ ਐਨਾਲਿਸਿਸ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸੈਗਮੈਂਟ ਦੇ ਵਿੱਚ। ਮਿਸਟਰ ਨਵੀਨ ਸ਼ਰਮਾ ਸੀਨੀਅਰ ਜਰਨਲਿਸਟ ਮੇਰੇ ਨਾਲ ਮੌਜੂਦ ਨੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਉਹ ਕੀ ਕਹਿਣਾ ਚਾਹੁੰਦੇ ਨੇ। ਲੇਕਿਨ ਮਿਸਟਰ ਸ਼ਰਮਾ, ਆਈ ਵੁੱਡ ਜਸਟ ਲਾਈਕ ਟੂ ਟੇਕ ਯੂਰ ਕਮੈਂਟਸ। ਲੇਕਿਨ ਇੱਕ ਕਾਲਰ ਕਾਫੀ ਦੇਰ ਤੋਂ ਉਹਨਾਂ ਨੇ ਸਾਨੂੰ ਕਾਲ ਕੀਤੀ ਹੋਈ ਹੈ, ਉਹਨਾਂ ਦੇ ਵਿਚਾਰ ਇਸ ਮੁਤਲਕ ਜਾਣ ਲਈਏ ਪਹਿਲਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਕੀਤ ਸਿੰਘ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਬਿਲਕੁਲ ਠੀਕ ਆ ਹਰਕੀਤ ਸਿੰਘ, ਹਰਕੀਤ ਸਿੰਘ ਜੀ ਜੀ। ਮੈਨੂੰ ਨੂਰ ਜਹਾਂ ਦੀ ਗਜ਼ਲ ਦੀਆਂ ਦੋ ਲਾਈਨਾਂ ਯਾਦ ਆ ਰਹੀਆਂ ਜੀ ਜੀ ਜੀ। ਔਰ ਵੀ ਗਮ ਹੈ ਦੁਨੀਆ ਮੇ ਮੁਹੱਬਤ ਕੇ ਸਿਵਾ ਜੀ। ਮੈਂ ਨਾ, ਮੇਰੀ ਰੂਟੀਨ ਆ, ਮੈਂ ਜਲਦੀ ਫਟਾਫਟ ਕਰਾਂਗਾ, ਮੇਰੀ ਰੂਟੀਨ ਆ ਕਿ 8 ਵਜੇ ਮੈਂ ਨਿਊਜ਼, 8 ਤੋਂ ਬਾਅਦ ਕਿਸੇ ਟਾਈਮ ਵੀ, ਤੇ ਮੈਂ ਤੁਹਾਡੀ ਰੇਡੀਓ ਟੈਲੀਵਿਜ਼ਨ ਨਾਲ ਜੁੜਦਾ ਹੈਗਾ ਰਾਈਟ। 8:30 ਵਜੇ ਤੱਕ ਨਿਊਜ਼ ਦੇਖ ਕੇ ਤੱਕ ਮੇਰੇ ਕੋਲ 15-20 ਮਿੰਟ ਹੁੰਦੇ ਆ, ਤੇ ਮੈਂ NDTV ਤੇ ਜੋ ਕੁਛ ਆ ਰਿਹਾ ਉਹ ਸੁਣਨ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਉੱਧਰ ਕੀ ਹੋ ਰਿਹਾ। ਅੱਜ ਮੈਂ ਇਸੇ ਤਰੀਕੇ ਨਾਲ NDTV ਨੂੰ ਸ਼ੁਰੂ ਕੀਤਾ 9 ਵਜੇ। ਉੱਥੇ ਮੈਂ ਜੋ ਕੁਛ ਸੁਣਿਆ, ਜੋ ਮੈਂ ਦੇਖਿਆ, ਜਾਣੀ ਮੈਨੂੰ ਇੰਨਾ ਸ਼ੌਕ ਲੱਗਾ ਕਿ ਇਸ ਮੁਲਕ ਦਾ ਪੂਰੀ ਤਰ੍ਹਾਂ, ਜੇ ਅਗਰ ਇਸ ਹਿੰਦੂ ਧਰਮ ਨੂੰ, ਇਸ RSS ਨੂੰ ਨਾ ਰੋਕਿਆ ਗਿਆ ਤੇ ਇਸ ਮੁਲਕ ਦਾ ਬੇੜਾ ਬਿਲਕੁਲ ਖਤਮ ਹੋ ਜਾਏਗਾ। ਔਰ ਮੈਂ ਸ਼ਰਮਾ ਸਾਹਿਬ ਤੁਹਾਡੇ ਨਾਲ ਬੈਠੇ ਆ, ਉਹਨਾਂ ਨੇ ਉਹਨਾਂ ਨੇ ਮਤਲਬ ਖੁਫੀਆ ਜਿਹੜੇ ਰਿਪੋਰਟਰ ਭੇਜੇ ਜਿਹਨਾਂ ਨੇ ਗਊ ਹੱਤਿਆ ਦੇ ਵਿੱਚ ਮੁਸਲਮਾਨਾਂ ਨੂੰ ਇਸ ਰਹਿਮੀ ਦੇ ਨਾਲ ਮਾਰਿਆ ਔਰ ਓਪਨਲੀ ਮਾਰਿਆ, ਔਰ ਪੁਲਿਸ ਕਹਿੰਦੀ ਆ ਕਿ ਰੋਡ ਰੇਜ ਦਾ ਕੇਸ ਸੀਗਾ, ਉਹਨੂੰ ਬਿਲਕੁਲ ਉਹਦਾ ਕੇਸ ਬਦਲ ਦਿੱਤਾ ਔਰ ਉਹਨੇ ਜੋ ਕੁਛ ਦਿਖਾਇਆ। ਮੈਂ ਸ਼ਰਮਾ ਸਾਹਿਬ ਨੂੰ ਵੀ ਕਹਿੰਦਾ ਉਹ ਦੇਖਣਾ, ਜਿਹੜਾ ਉਸ ਮੁਲਕ ਦੀ ਤਸਵੀਰ ਨੂੰ ਦੇਖਣਾ। ਮੈਂ ਸ਼ਰਮਾ ਸਾਹਿਬ ਨੂੰ ਇਹੀ ਕਹਿ ਰਿਹਾ ਕਿ ਅਸੀਂ ਬਾਹਰ ਤੁਹਾਨੂੰ ਰਿਕੁਐਸਟ ਕਰਦੇ ਹਾਂ ਰੱਬ ਦੇ ਵਾਸਤੇ, ਸਾਡੇ ਬਾਹਰ ਵੀ ਸਾਨੂੰ ਧੱਕੇ ਪੈ ਰਹੇ, ਬਾਹਰ ਵੀ ਲੋਕੀ ਕਹਿੰਦੇ ਆਪਣੇ ਮੁਲਕ ਨੂੰ ਚੱਲ ਜਾਓ, ਕਿਹੜੇ ਮੁਲਕ ਅਸੀਂ ਜਾਵਾਂਗੇ? ਅੱਜ ਉਸ ਮੁਲਕ ਦੀ ਇਹ ਹਾਲਤ ਮੈਂ ਦੇਖੀ ਆ ਕਿ ਮੈਨੂੰ ਆਪਣਾ ਹਿੰਦੁਸਤਾਨੀ ਹੁੰਦਿਆਂ ਸ਼ਰਮ ਆਉਂਦੀ ਆ ਕਿ ਕਿਸ ਤਰੀਕੇ ਨਾਲ ਮੁਸਲਮਾਨਾਂ ਨੂੰ ਉਸ ਮੁਲਕ ਦੇ ਵਿੱਚ ਨਾਜ਼ੀਆਂ ਨੇ ਜਿਊਸ ਤੇ ਵੀ ਇੰਨਾ ਜ਼ੁਲਮ ਨਹੀਂ ਸੀ ਕੀਤਾ ਜੋ ਅੱਜ ਹਿੰਦੂ ਕੱਟੜ ਹਿੰਦੂ ਅੱਜ ਸਾਡੇ ਜ਼ਰੂਰ ਕਰਾਂਗੇ। ਹਰਭਜਨ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਇਸ ਬਾਰੇ ਵਿਚਾਰ ਕਰਾਂਗੇ। ਲੇਕਿਨ ਅੱਜ ਅਸੀਂ ਜਿਸ ਬਾਰੇ ਐਨਾਲਿਸਿਸ ਕਰ ਰਹੇ ਹਾਂ, ਗੱਲ ਕਰ ਰਹੇ ਹਾਂ, ਉਹ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ। ਮਿਸਟਰ ਸ਼ਰਮਾ, ਯੂ ਹੈਵ ਲਗਭਗ 2 ਮਿੰਟ ਹੈਗੇ ਆਪਣੇ ਕੋਲ, ਆਈ ਵੁੱਡ ਲਾਈਕ ਟੂ ਹੈਵ ਯੂਰ ਕਲੋਜ਼ਿੰਗ ਕਮੈਂਟ ਔਨ ਦਿਸ ਇਸ਼ੂ ਟੂਡੇ। ਸੀ ਦਿਸ, ਆਮ ਆਦਮੀ ਪਾਰਟੀ ਵਿਲ ਹੈਵ ਟੂ ਡੂ ਸਮ ਸੀਰੀਅਸ ਸਟੈਪਸ, ਦੇ ਵਿਲ ਹੈਵ ਟੂ ਟੇਕ ਦੇ ਐਨਾਲਾਈਜ਼ ਦੈਮਸੈਲਵਸ, ਅਗਰ ਉਹਨਾਂ ਨੇ ਆਪਣੀ ਪਾਰਟੀ ਦੀ ਹੋਂਦ ਨੂੰ ਪੰਜਾਬ ਦੇ ਵਿੱਚ ਬਚਾਉਣਾ ਹੈ, ਬਿਕੋਜ਼ ਪਾਰਟੀ ਹੈਜ਼ ਕਮ ਟੂ ਦੈਟ ਕ੍ਰਕਸ, ਉਸ ਮੋੜ 'ਤੇ ਆ ਚੁੱਕੀ ਹੈ ਪਾਰਟੀ ਕਿ ਉਹ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਿਆ। ਸੁਖਪਾਲ ਸਿੰਘ ਖਹਿਰਾ ਦਾ ਜਿਸ ਤਰ੍ਹਾਂ ਸਾਡੇ ਵਿਊਅਰਸ ਨੇ ਫੋਨ 'ਤੇ ਦੱਸ ਰਹੇ ਨੇ, ਵਟ ਦੇ ਆਰ ਲਾਈਕਿੰਗ ਇਨ ਸੁਖਪਾਲ ਸਿੰਘ ਖਹਿਰਾ ਇਜ਼ ਇਸ ਐਟੀਟਿਊਡ, ਹਿਸ ਪੰਜਾਬੀ ਐਟੀਟਿਊਡ ਅਣਖ, ਕਿ ਕੋਈ ਵੀ ਜ਼ੁਲਮ ਕਿਸੇ ਦੀ ਵੀ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ। ਵਾਈ ਸੁਖਪਾਲ ਸਿੰਘ ਖਹਿਰਾ ਇਜ਼ ਮੋਰ ਵੋਕਲ, ਵੈਸੇ ਉਹ ਮੁੱਦੇ ਚੁੱਕਦੇ ਨੇ, ਵਿਧਾਨ ਸਭਾ 'ਚ ਚੁੱਕਦੇ ਨੇ, ਇਜ਼ ਅ ਵੈਰੀ ਵੋਕਲ ਲੀਡਰ, ਲੋਕਾਂ ਦੇ ਨਾਲ ਜੁੜਿਆ ਬੰਦਾ ਉਹ ਵਾਈ ਹੀ ਇਜ਼ ਹਰਟ ਦਿਸ ਟਾਈਮ ਬਿਕੋਜ਼ ਦ ਵੇ ਹੀ ਇਜ਼ ਰਿਮੂਵਡ, ਉਹਨਾਂ ਹਰਟ ਹੋਣ ਤੋਂ ਬਾਅਦ ਹੀ ਜਸਟ ਥੋਟ ਕਿ ਜੀ ਹਾਓ ਦੀ ਪਾਰਟੀ ਹਾਈ ਕਮਾਂਡ ਵਾਜ਼ ਰਨਿੰਗ ਅਸ ਵਿਦ ਰਿਮੋਟ ਕੰਟਰੋਲ। ਸੋ ਹੀ ਵਾਂਟਸ ਟੂ ਸ਼ੋਅ ਹਿਸ ਸਟਰੈਂਥ ਵਿਚ ਹੀ ਹੈਜ਼ ਟੂ ਸਮ ਐਕਸਟੈਂਟ ਆਫਟਰ ਬਠਿੰਡਾ ਕਨਵੈਨਸ਼ਨ, ਆਈ ਵੁੱਡ ਸੇ ਹੀ ਹੈਜ਼ ਸ਼ੋਨ ਇਸ ਮਾਈਟ, ਹੀ ਹੈਜ਼ ਸ਼ੋਨ ਇਸ ਪਾਵਰ। ਨਾਓ ਦ ਆਮ ਆਦਮੀ ਪਾਰਟੀ ਵਿਲ ਹੈਵ ਟੂ ਡੂ ਸਮ ਰੈਟਰੋਸਪੈਕਸ਼ਨ, ਦੇ ਵਿਲ ਹੈਵ ਟੂ ਐਨਾਲਾਈਜ਼ ਦੇਅਰ ਓਨ ਥਿੰਗਸ। ਐਂਡ ਕੇਜਰੀਵਾਲ ਇਜ਼ ਮੋਰ ਬਿਜ਼ੀ ਇਨ ਦਿੱਲੀ ਪੋਲੀਟਿਕਸ, ਹੀ ਇਜ਼ ਹੈਂਡਲਿੰਗ ਮੋਦੀ ਐਂਡ ਅਦਰ ਥਿੰਗਸ, ਲੈਫਟੀਨੈਂਟ ਗਵਰਨਰ, ਹੀ ਡਜ਼ਨਟ ਹੈਵ ਟਾਈਮ ਫੋਰ ਆਲ ਦਿਸ। ਉਹਨੇ ਅੱਗੇ ਜਿਹੜੇ ਸਿਪਾ ਸਲਾਰ ਰੱਖੇ ਨੇ ਪੰਜਾਬ ਵਾਸਤੇ, ਉਹ ਸ਼ੁਰੂ ਤੋਂ ਹੀ ਜਿਹੜੀ ਪਹਿਲੀ ਫੌਜ ਸੀ ਸੰਜੇ ਸਿੰਘ, ਦੁਰਗੇਸ਼ ਪਾਠਕ, ਉਹ ਪਹਿਲੇ ਕੰਟਰੋਵਰਸੀ 'ਚ ਭਰੇ ਰਹੇ। ਹੁਣ ਮਨੀਸ਼ ਸਿਸੋਦੀਆ ਨੂੰ ਦਿੱਤੀ ਚਾਬੀ, ਮਨੀਸ਼ ਸਿਸੋਦੀਆ ਇਜ਼ ਮੋਰ ਬਿਜ਼ੀ ਇਨ ਦਿੱਲੀ। ਆਈ ਵੁੱਡ ਲਾਈਕ ਟੂ ਹੈਵ ਯੂਰ ਕਲੋਜ਼ਿੰਗ ਕਮੈਂਟਸ ਔਨ ਡਿਕਟੇਟਰਸ਼ਿਪ ਆਲਸੋ, ਇਹ ਵੀ ਬੜੀਆਂ ਰਿਪੋਰਟਸ ਬਣ ਰਹੀਆਂ। ਦ ਡਿਕਟੇਟਰਸ਼ਿਪ ਇਹੀ ਹੋਈ ਨਾ ਕਿ ਆਮ ਆਦਮੀ ਪਾਰਟੀ ਜਿਸ ਵਿਸ਼ਵਾਸ ਨੂੰ, ਜਿਸ ਟਰੱਸਟ ਨੂੰ ਲੋਕਾਂ ਦੇ ਕਰਕੇ ਆਈ, ਇਮੋਸ਼ਨਸ ਨਾਲ ਖੇਲ ਕੇ ਆਈ, ਉਹ ਮੈਂਟੇਨ ਹੀ ਨਹੀਂ ਕਰ ਪਾਈ। ਉਹ ਜਿੰਨੇ ਲੀਡਰ ਇੱਕ ਤੋਂ ਬਾਅਦ ਵਿਕਟ ਇਹਨਾਂ ਦੇ ਡਿੱਗਦੇ ਪਏ, ਲੱਕੀ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਸੀ, ਉਹਨੇ ਪੰਜਾਬ ਦੇ ਸਾਰੇ ਲੀਡਰਾਂ ਨੂੰ ਯੂਜ਼ ਐਂਡ ਥਰੋ ਵਾਲਾ ਕੰਮ ਕੀਤਾ, ਯੂਜ਼ ਕਰੋ ਥਰੋ ਕਰੋ, ਯੂਜ਼ ਕਰੋ ਥਰੋ ਕਰੋ। ਤੇ ਉਹ ਜਿਹੜੀ ਚੀਜ਼ ਸੀ, ਇਟਸ ਲਾਈਕ ਡਿਕਟੇਟਰਸ਼ਿਪ, ਲੈਟਸ ਸੇ ਡਿਕਟੇਟਰਸ਼ਿਪ ਆਫ ਕੇਜਰੀਵਾਲ ਹੈਜ਼ ਹਰਟ ਦ ਪਾਰਟੀ ਐਂਡ ਇਫੈਕਟਡ ਇਟ ਵੈਰੀ ਬੈਡਲੀ, ਇਟ ਇਜ਼ ਹਰਟਿੰਗ ਦੀ ਪੰਜਾਬੀਜ਼ ਆਲਸੋ।
ਤੇ ਇਹੀ ਸੀਗਾ ਜੀ, ਇਹੀ ਹੁਣ ਅਸੀਂ ਅੱਜ ਇਸ ਮੁੱਦੇ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲ ਸਕਦਾ, ਉਹ ਵੀ ਐਨਾਲਿਸਿਸ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਾਂਗੇ। ਜੇਕਰ ਅੱਜ ਦਾ ਮੁੱਦਾ ਤੁਹਾਨੂੰ ਵਧੀਆ ਲੱਗਿਆ ਹੋਣਾ, ਜੇਕਰ ਕੋਈ ਹੋਰ ਵੀ ਫੀਡਬੈਕ ਦੇਣਾ ਚਾਹੁੰਦੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹੇ ਮੁੱਦੇ ਵੀ ਉਠਾਏ ਜਾਣ ਜਿਸ ਬਾਰੇ ਗੱਲ ਕੀਤੀ ਜਾ ਸਕੇ, ਉਹ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ ਲਿਖ ਕੇ ਮੈਨੂੰ ਭੇਜ ਸਕਦੇ ਹੋ ਆਪਣੇ ਵੈਲਿਊਬਲ ਫੀਡਬੈਕਸ, ਔਰ ਉਹ ਫੀਡਬੈਕਸ ਅਸੀਂ ਅਗਲੇ ਮੁੱਦੇ ਦੇ ਵਿੱਚ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਵੀ, ਔਰ ਤੁਹਾਡੇ ਸੁਝਾਵ ਜਿਹੜੇ ਨੇ ਉਹ ਵੀ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ। ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਅਤੇ ਨਵੀਨ ਸ਼ਰਮਾ ਜੀ ਨੂੰ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰੱਖਾ, ਹੱਸਦੇ ਰਹੋ, ਔਰ ਘਰ ਦੇ ਵਿੱਚ ਹਰ ਕਿਸੇ ਨੂੰ ਖੁਸ਼ ਰੱਖੋ, ਔਰ ਆਪਣੇ ਮਾਪਿਆਂ ਨੂੰ ਖੁਸ਼ ਰੱਖੋ। ਧੰਨਵਾਦ।